ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਸੱਚ ਐਨੀਮਲ ਟੀਵੀ ਯੂਟਿਊਬ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਭਾਈ ਸਾਹਿਬ ਕੋਲ ਆਏ ਹਾਂ। ਮਾਸ਼ਾਅੱਲਾ ਬੜਾ ਪਿਆਰਾ ਜਾਨਵਰ, ਬੜਾ ਲਾਜਵਾਬ ਜਾਨਵਰ, ਘਰੇਲੂ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਇਹ ਮੇਰੇ ਵੀਰ ਵੇਖ ਲੈਣ, ਪਿਓਰ ਚੋਲਸਤਾਨੀ ਅਤੇ ਫਰੀਜ਼ੀਆਂ ਨੇ ਦੋਸਤੋ, ਸਿਰੋ ਓਰੀਜਨਲ ਮੋਨੀ, ਕੋਈ ਮੋਨੀ ਕੀਤੀ ਨਹੀਂ ਹੋਈ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਪ੍ਰਿੰਟ ਬੜਾ ਪਿਆਰਾ, ਜਾਨਵਰ ਬੜਾ ਪਿਆਰਾ, ਮਾਸ਼ਾਅੱਲਾ ਕੱਦ ਕਾਠ ਚੰਗਾ, ਲਾਮ ਚੰਗੀ, ਸਿਰੋ ਓਰੀਜਨਲ ਮੋਨੀ, ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਮੇਰੇ ਵੀਰਾਂ ਦੋਸਤਾਂ ਨੇ ਵੇਖ ਲੈਣਾ। ਚੰਗਾ ਪਾਵਰ ਵਾਲਾ ਥਣ, ਮੁੱਠ ਮੁੱਠ ਦਾ, ਮਾਸ਼ਾਅੱਲਾ ਸੁਥਰਾ ਥਣ, ਮੱਝਾਂ ਰੰਗਾ, ਔਰ ਅੱਗੋਂ ਧੁਨੀ ਨਾਲ ਔਰ ਪਿੱਛੋਂ ਪੱਟਾਂ 'ਚ ਬਾਹਰ ਕੱਢੀ ਫਿਰ ਛੱਡ ਕੇ ਟੁਰਿਆ ਜਾਓ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ ਦੋਸਤੋ, ਮਾਸ਼ਾਅੱਲਾ ਬੜਾ ਲਾਜਵਾਬ ਜਾਨਵਰ, ਫੜਾ ਵਾਲਾ ਆਰਡਰ ਕੁਆਲਿਟੀ ਏ। ਔਰ ਇਹ ਮੇਰੇ ਵੀਰ ਵੇਖ ਲੈਣ, ਹਵਾਨੇ 'ਚੋਂ ਵਾਜਾ ਨਾੜਾ ਨਜ਼ਰ ਆਈ ਜਾਂਦੀਆਂ ਨੇ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਦੋਸਤੋ, ਮਾਸ਼ਾਅੱਲਾ। ਇਹ ਮੇਰੇ ਵੀਰ ਟੁਰਨ ਫਿਰਨ ਵੇਖ ਲੈਣ, ਸੋਲਾਂ ਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਾ ਨਹੀਂ, ਕੋਈ ਵਾਹ ਨਹੀਂ, ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਔਰ ਬੜਾ ਲਾਜਵਾਬ ਜਾਨਵਰ ਹੈ ਦੋਸਤੋ, ਮਾਸ਼ਾਅੱਲਾ। ਬਾਕੀ ਇਹਦੀ ਲਾਈਵ ਚੁਆਈ ਹੋ ਜਾਏਗੀ, ਇਹਦੇ 'ਚ ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਏਗੀ, ਅਸੀਲ ਸਾਹੂ ਦੀ, ਛੱਟੇ ਫੁਆਰ ਦੀ, ਹਰ ਗੱਲ ਦੀ ਤਸੱਲੀ ਹੋ ਜਾਏਗੀ। ਔਰ ਬਾਕੀ ਮੇਰਾ ਵੀਰਾਂ ਦੋਸਤਾਂ ਨੇ ਆਪ ਤਸੱਲੀ ਕਰਨੀ ਹੈ। ਇਹ ਮੇਰੇ ਵੀਰ ਮਾਸ਼ਾਅੱਲਾ ਵੱਛੀ ਵੇਖ ਲੈਣ, ਮਗਰ ਵੱਛੀ ਬੜੀ ਪਿਆਰੀ, ਇੱਕ ਦੀਆਂ ਦੋ ਗਾਵਾਂ ਨੇ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਬਾਕੀ ਬੱਚਾ ਬਾਬਾ ਕੇ ਹੁਣੇ ਲਾਈਵ ਚੁਆਈ ਹੋ ਜਾਏਗੀ, ਅਸੀਲ ਸਾਹੂ ਦੀ ਔਰ ਛੱਟੇ ਫੁਆਰ ਦੀ, ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾ ਦਿਆਂਗਾ। ਮਾਸ਼ਾਅੱਲਾ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਦੋਸਤੋ ਔਰ ਬੜਾ ਲਾਜਵਾਬ ਜਾਨਵਰ ਹੈ। ਇਹ ਮੇਰੇ ਵੀਰ ਆਰਡਰ ਕੁਆਲਿਟੀ ਵੇਖ ਲੈਣ, ਮਾਸ਼ਾਅੱਲਾ ਬੜਾ ਪਿਆਰਾ ਆਰਡਰ ਕੁਆਲਿਟੀ ਕਰਨ ਵਾਲੀ ਦਾ। ਹਾਂਜੀ ਲੈ ਆਓ ਭਾਈ ਸਈਦ ਬਰਤਨ। ਇਹ ਮੇਰਾ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ, ਮਾਸ਼ਾਅੱਲਾ ਜਾਨਵਰ ਦਾ ਪ੍ਰਿੰਟ ਬੜਾ ਪਿਆਰਾ, ਮਾਸ਼ਾਅੱਲਾ ਖੂਬਸੂਰਤ ਬੜੀ ਕਰਨ ਵਾਲੀ, ਮਾਸ਼ਾਅੱਲਾ ਮਗਰ ਵੀ ਦੋਸਤੋ ਵੱਛੀ ਬੜੀ ਪਿਆਰੀ, ਮਾਸ਼ਾਅੱਲਾ ਰੈੱਡ ਫਰੀਜ਼ੀਅਨ, ਇੱਕ ਦੀਆਂ ਦੋ ਗਾਵਾਂ, ਮਾਸ਼ਾਅੱਲਾ ਘਰੇਲੂ ਜਾਨਵਰ ਹੈ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਬੜਾ ਖੂਬਸੂਰਤ ਪ੍ਰਿੰਟ ਕਰਨ ਵਾਲੀ ਦਾ, ਮਾਸ਼ਾਅੱਲਾ ਅੱਲਾਹ ਤਾਲਾ ਨਜ਼ਰੇ ਬਾਦ ਤੋਂ ਬਚਾਵੇ। ਆ ਬਾਲਟੀ ਮੁੰਦੀ ਕਰਦੇ ਚਲੋ ਜੀ। ਮਾਸ਼ਾਅੱਲਾ 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 ਅੱਲਾ ਹੂ ਦੀ ਆਵਾਜ਼ ਦੋਸਤੋ ਇੱਥੇ ਆਈ ਜਾਂਦੀ। ਮਾਸ਼ਾਅੱਲਾ ਇਹ ਮੇਰੇ ਵੀਰਾਂ ਨੇ ਵੇਖ ਲੈਣਾ, ਮਾਸ਼ਾਅੱਲਾ ਅੱਲਾ ਹੂ ਦੀ ਆਵਾਜ਼ ਇੱਥੇ ਆਈ ਜਾਂਦੀ ਹੈ।
ਬੜਾ ਪਿਆਰਾ ਚੁਆਕ ਕਰਨ ਵਾਲੀ ਦਾ, ਮਾਸ਼ਾਅੱਲਾ, ਬੜਾ ਲਾਜਵਾਬ ਜਾਨਵਰ ਦੋਸਤੋ, ਮਾਸ਼ਾਅੱਲਾ ਮਾਸ਼ਾਅੱਲਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇੱਥੇ ਰੱਖ ਲਿਆ, ਚਲੋ ਦੁੱਧ ਤਾਂ ਸਹਿ ਖੜਾ ਯਾਰ, ਦੁੱਧ ਤਾਂ ਖੜਾ ਜੀ, ਚੌਲਾ ਦੁੱਧ ਥੋੜ੍ਹਾ ਜਿਹਾ, ਮਾਸ਼ਾਅੱਲਾ ਦੁੱਧ ਸਹਿ ਖੜਾ। ਮਾਸ਼ਾਅੱਲਾ ਜਿਵੇਂ ਚੁੱਪਦੀ ਜਾਂਦੀ ਕਰਮ ਵਾਲੀ, ਉਵੇਂ ਹਵਾਨਾ ਨਾਲ ਲਾਉਂਦੀ ਯਾਰ। ਪਲਟਾ ਦੇ ਸਾਰਾ, ਮਾਸ਼ਾਅੱਲਾ ਮਾਸ਼ਾਅੱਲਾ। ਆ ਮੇਰੇ ਵੀਰ ਵੇਖ ਲੈਣ, ਦੁੱਧ ਵੀ ਸਫੈਦ ਚਿੱਟਾ, ਮੱਝਾਂ ਰੰਗਾ ਬਿਲਕੁਲ ਸਫੈਦ। ما
ਮਾਸ਼ਾਅੱਲਾ ਗਾੜਾ ਦੁੱਧ ਦੋਸਤੋ ਮਾਸ਼ਾਅੱਲਾ। ਚਲ ਫੜ ਲਾ ਕਰ। ਚਲੋ ਜੀ ਬਾਲਟੀ ਨਾਲ ਲਾ ਲੈਂਦਾ ਬਿਸਮਿਲ੍ਲਾ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ। ਚਲੋ ਬਾ ਪਲਟਾ ਦੇ। ਇਹ ਮੇਰੇ ਵੀਰ ਵੇਖ ਲੈਣ, 11 ਗੜਵੀਆਂ ਕਰਮ ਵਾਲੀ ਦੀਆਂ ਹੋਈਆਂ ਨੇ ਔਰ ਮਾਸ਼ਾਅੱਲਾ ਹਵਾਨਾ ਬਿਲਕੁਲ ਨਿਚੋੜ ਕਰ ਗਈ ਔਰ ਬੱਚੇ ਨੂੰ ਵੀ ਕੋਈ ਕਿਲੋ ਛੱਡਿਆ। ਬਾਕੀ ਜਿਹੜੀ ਗੱਲਬਾਤ ਹੈ ਉਹ ਕਰ ਲੈਂਦੇ ਹਾਂ ਭਾਈ ਸਾਹਿਬ ਨਾਲ। ਆ ਜਾਓ ਜੀ ਭਾਈ ਸਾਹਿਬ। ਅਸਲਾਮ ਵਾਲੇਕਮ ਜੀ। ਵਾਲੇਕਮ ਜੀ ਭਾਈ ਸਾਹਿਬ, ਕੀ ਹਾਲ ਹੈ? ਠੀਕ ਠਾਕ ਨਾ ਭਾਈ ਸਾਹਿਬ। ਮਾਸ਼ਾਅੱਲਾ ਗਾਂ ਦੀ ਚੁਆਈ ਤਾਂ ਬੜੀ ਪਿਆਰੀ ਕਰਮ ਵਾਲੀ ਦੀ ਔਰ ਮਾਸ਼ਾਅੱਲਾ ਹਵਾਨਾ ਵੀ ਬਿਲਕੁਲ ਨਿਚੋੜ ਕਰ ਗਈ ਹੈ, ਇਹ ਦੱਸਣਾ ਕਰ ਦੀ ਕਿ ਵਪਾਰ ਦੀ? ਨਹੀਂ ਨਾ ਭਾਈ, ਅਗਲੀਆਂ ਤਾਂ ਆਪਣੀਆਂ ਆਈਆਂ ਸਨ ਵਪਾਰ ਦੀਆਂ। ਹਾਂਜੀ, ਇਹ ਗਾਂ ਆਪਣੇ ਕਰਦੀ ਅੱਗੇ ਤੂੰ ਵੀਡੀਓ ਬਣਾਉਣਾ, ਗਾਂ ਖੜੀ ਹੁੰਦੀ ਆਪਣੀ ਗਾਂ ਕਰਦੀ ਹੈਗੀ। ਮੈਂ ਜਦੋਂ ਵੀ ਆਇਆ ਤਾਂ ਗਾਂ ਖੜੀ ਹੁੰਦੀ ਸੀ। ਇਹ ਵਪਾਰ ਦੀ ਨਹੀਂ ਹੈਗੀ, ਵਪਾਰ ਦੀ ਤਾਂ ਆਪਾਂ ਆਖ ਜਾਣਾ ਸੀ ਕਿ ਗਾਂ ਵਪਾਰ ਦੀ, ਵਪਾਰ ਦੀ ਝੂਠ ਮਾਰਨ ਦੀ ਲੋੜ ਹੀ ਕੋਈ ਨਹੀਂ, ਆਪਣੀ ਕਰਦੀ ਗਾਂ। ਕਰਦੀ ਗਾਂ ਤੇ ਇਹਦਾ ਕਿੰਨਾ ਸੂਆ? ਨਾ ਤਾਂ ਭਾਈ ਇਹਦਾ ਦੂਸਰਾ ਸੂਆ ਹੈ, ਪਿਛਲੇ ਸੂਏ ਤਾਂ ਅਸੀਂ ਬੱਚਿਆਂ ਛੱਡ ਤੇ 16 ਕਿਲੋ ਦਾ ਰਖਾ ਰੋਡ ਠੀਕ ਹੋ ਗਿਆ। ਐਤਕੀ ਕਿੰਨੇ ਦਿਨ ਹੋ ਗਏ ਸੂਏ ਯਾਰ? ਇਹਨੂੰ ਅੱਜ ਚੌਥਾ ਦਿਨ ਹੈ ਸੂਏ ਨੂੰ। ਤੇ ਹੁਣ ਜਿਹੜਾ ਦੁੱਧ ਆਪਾਂ ਕਿੰਨਾ ਚੁਆ ਕੇ ਦਿਆ ਗਿਆ ਮੇਰਾ ਯਾਰ? ਇਹ ਆਪਾਂ ਚੋ ਲਿਆ ਬਣ ਗਿਆ 11 ਦੀ 11 ਬਾਈ। ਆਪਾਂ ਜਿਹੜਾ ਕੋਈ ਇੱਥੇ ਵੀਰ ਆਇਆ ਨਾ, ਆਪਾਂ 18 ਲੀਟਰ ਦੁੱਧ ਚੁਆ ਕੇ ਦਿਆ, ਦੁੱਧ ਚੁਆ ਗਰੰਟੀਆਂ ਨਾਲ ਚੁਆ ਕੇ ਦਿਆ। ਇਨਸ਼ਾਅੱਲਾ ਤਾਲਾ ਕਿਸੇ ਵੀਰ ਬਰਾਂ ਨੂੰ ਸਫਰ ਤਾਂ ਨਹੀਂ ਪੈਂਦਾ। ਮਹਾ ਇਨਸ਼ਾਅੱਲਾ ਤਾਲਾ ਜੇ ਆਪਣੀ ਗਾਂ ਇਹ ਚੋਈ ਪੀਤੀ ਹੈ ਠੀਕ ਹੋ ਗਿਆ, ਆਪਣੇ ਇਹਦੇ ਕੋਈ ਗਿਲਾ ਸ਼ਿਕਵਾ ਕੋਈ ਲਾਮੇ ਵਾਲੀ ਗੱਲ ਨਹੀਂ ਹੈਗੀ, ਠੀਕ ਹੋ ਗਿਆ। 18 ਲੀਟਰ ਆਪਾਂ ਚੁਆ ਕੇ ਦਿਆ ਮਹਾ ਥੱਲੇ ਨਾਲ, ਬਾਕੀ ਪਿੱਛੇ ਦੀ ਥਰਨ ਦੀ ਅਰਗਾ ਪਿੱਛਾ ਮਾਰੇ ਚੁੰਗੇ ਕਿਸੇ ਕਿਸਮ ਦਾ ਮਸਲਾ ਹੋਵੇ ਆਪਣੀ ਜ਼ਿੰਮੇਦਾਰੀ, ਠੀਕ ਹੋ ਗਿਆ। ਇਨਸ਼ਾਅੱਲਾ ਤਾਲਾ ਇਹਨੂੰ ਕੋਈ ਖੁਰਾਕ ਪਾਵੇ ਨਾ ਆਪਣੀ ਗਾਂ 20 ਲੀਟਰ ਤੋਂ ਕ੍ਰਾਸ ਕਰ, ਇਨਸ਼ਾਅੱਲਾ। ਰੇਟ ਕਰੋ ਪਿਆਰ ਮੁਹੱਬਤ ਵਾਲਾ ਨਾ ਤਾਂ ਮੁੱਲ ਤਾਂ ਭਾਵੇਂ ਜੋ ਮੰਗੀ ਮਰਜ਼ੀ ਮੰਗੀ ਜਾਈਏ, ਲੇਕਿਨ ਜਿਹੜਾ ਨਾ ਅੱਗੇ ਵੀ ਆਪਾਂ ਜਾਨਵਰ ਸੇਲ ਕੀਤੇ ਨੇ ਇਹਦਾ 2,85,000 ਰੁਪਏ। 2,85,000 ਇਹਦੇ 'ਚ ਕੋਈ ਮੁਹੱਬਤ ਸ਼ਫਕਤ? ਬਸ ਇੰਨਾ 5,000 ਰੁਪਈਆ ਛੱਡ ਦਿੰਦੇ। 2,80,000 ਰੁਪਏ, 80,000 ਰੁਪਏ ਇਹਦੇ 'ਚੋਂ ਵੀ ਆਇਆ ਵੀਰਾਂ ਦੀ ਕਦਰ ਹੋਵੇਗੀ? ਬਸ ਐਵੇਂ ਮਾੜਾ ਮੋਟਾ ਹੋ ਗਿਆ ਸੀ, ਬਾਕੀ ਹੋਰ ਆਪਾਂ ਕੁੱਕਾ ਸਨ ਨਹੀਂ ਛੱਡ। ਚਲੋ ਆਇਆ ਵੀਰਾਂ ਦੀ ਕਦਰ ਤਾਂ ਹੋਵੇਗੀ। ਇਹ ਮੇਰਾ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ, 2,85,000 ਕਰਕੇ 2,80,000 ਤੇ ਐਂਡ ਕੀਤਾ ਭਾਈ ਸਾਹਿਬ ਨੇ ਔਰ ਉਹਨਾਂ ਨੇ ਦੁੱਧ ਜਿਹੜਾ ਉਹਨਾਂ ਨੇ ਕਿਹਾ ਹਾਜ਼ਰ ਮੌਕੇ 18 ਕਿਲੋ ਮੈਂ ਚੁਆ ਕੇ ਦਿਆਂਗਾ। ਲੋਹੇ ਤੋੜ ਜਿਹੜਾ ਮਰਜ਼ੀ ਵੀਰ ਪ੍ਰੋਪਰ ਆ ਜਾਵੇ, ਉੱਪਰ ਆ ਕੇ ਆਪਦਾ ਚੁਆਈ ਕਰਕੇ ਤਸੱਲੀ ਕਰਕੇ ਲਿਜਾਵੇ ਔਰ ਦੁੱਧ ਦੀ ਗਰੰਟੀ ਉਹਨਾਂ ਦੇ ਆਪਦੇ ਕਿੱਲੇ ਦੀ ਹੈ
ਬਾਕੀ ਪਿੱਛੇ ਦੇ ਥਣਾਂ ਦੀ ਹਰ ਗੱਲ ਦੀ ਗਰੰਟੀ ਜਿਹੜਾ ਅਗਲੇ ਦੇ ਕਿੱਲੇ ਦੀ ਵੀ ਹੈ। ਦੁੱਧ ਉਹਨਾਂ ਨੇ ਕਿਹਾ ਜਿਹੜਾ ਵੀਰ ਆਵੇ ਮੇਰੇ ਕਿੱਲੇ ਤੋਂ ਚੋਖ ਲੈ ਜਾਵੇ। ਅਗਰ ਕਿਸੇ ਵੀਰ ਭਰਾ ਦੋਸਤ ਨੂੰ ਵੀਡੀਓ ਪਸੰਦ ਆਵੇ, ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ, ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-695 0302-4029-695। ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ, ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਮੇਰਾ ਦੋਸਤ ਨੂੰ ਅੱਜ ਵੀਡੀਓ ਪਸੰਦ ਆਈ ਹੋਵੇਗੀ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇਣੀ ਇਜਾਜ਼ਤ। ਅੱਲਾ ਨਿਗਹਬਾਨ। ਪਾਕਿਸਤਾਨ ਜ਼ਿੰਦਾਬਾਦ।